ਬਾਈ ਚਾਂਸ ਪਹੁੰਚ ਗਏ ਜੋਗੀ ਬਸ ਉਦੋਂ ਇਧਰ ਸੀਗਾ ਉਦੋਂ ਕਿੱਥੇ ਸੀਗਾ ਉਹ ਕਿੱਥੇ ਯਾਰ ਜਦੋਂ ਤੂੰ ਮੋਟਰ ਚਲਾਉਣਾ ਉਦੋਂ ਕਿਹੜੀ ਜਗ੍ਹਾ ਤੇ ਸੀ ਉਸ ਜਗ੍ਹਾ ਤੇ ਬੈਠਾ ਸੀ ਉਹ ਟ੍ਰਾਂਸਫਰ ਨਾਲ ਮੜਾ ਕਰਦੇ ਨੇ ਟ੍ਰਾਂਸਫਰ ਦਾ ਟਾਕਾ ਪੈਣਾ ਸੀ ਇਹ ਰਿਟਰਨ ਕਰਨ ਆਇਆ ਦੱਸ ਅਸਲ ਬੰਦਾ ਦੇਖ ਕੇ ਨਾ ਘਬਰਾ ਗਿਆ ਜੋ ਵੀ ਹਾਂ ਬੰਦਾ ਘਬਰਾ ਗਿਆ ਅ ਤੇਰੀ ਜੋ ਵੀ ਕਿਹੜਾ ਨਾਰਾ ਕਿ ਮਾਦੀ ਹੈ ਪਿਛਲੀ ਸਾਈਡ ਤੇ ਕਮਾਦ ਕਮੂਦ ਲੱਗਾ ਤੇ ਮੋਰੀਆਂ ਮੋਰੀਆਂ ਬਹੁਤ ਹੈ ਨਾਰਾ ਨਾ ਜੋ ਹੈ ਜ਼ਰਾ ਛੋਟੇ ਸਾਈਜ਼ ਦਾ ਹਨਾ ਛੋਟੇ ਸਾਈਜ਼ ਦਾ ਫੁੱਲ ਹੈ ਐਹੀ ਸੀਗਾ ਕਿ ਹੋਰ ਸੀ ਕੋਈ ਡਰਿਆ ਕਿਉਂ ਸੀਗਾ ਤੂੰ ਡਰਨਾ ਹੀ ਸੀ ਮੈਂ ਬਿਜਲੀ ਤੋਂ ਡਰਨਾ ਹੈ ਸਭ ਤੋਂ ਡਰਨਾ ਯਾਰ ਤੂੰ ਪਾਣੀ ਲਾਉਣ ਨਹੀਂ ਆਉਂਦਾ ਜ਼ਮੀਨਾਂ 'ਚ ਉੱਥੇ ਯਾਰ ਅੱਗੇ ਬੈਠਾ ਜੀ ਜ਼ਮੀਨ 'ਚ ਪਾਣੀ ਲਾਉਣ ਜਾਣਾ ਕਿ ਨਹੀਂ ਤਾਂ ਫਿਰ ਕਿਉਂ ਘਬਰਾਉਣਾ ਇੱਥੋਂ ਬਹਰਹਾਲ ਸਾਨੂੰ ਤੁਸੀਂ ਕਾਲ ਕਰ ਦਿਆ ਕਰਨੀ ਸਾਡਾ ਨੰਬਰ ਵੀਡੀਓ ਥੱਲੇ ਮੌਜੂਦ ਆ ਠੀਕ ਆ ਅਸੀਂ ਦਸਤੀ ਪਹੁੰਚ ਜਾ ਕਰਨਾ ਕਿਉਂਕਿ ਇਹਦੇ ਨਾਲ ਦੀ ਮਾਦੀ ਵੀ ਹੋ ਸਕਦੀ ਕਿ ਨਹੀਂ ਅੱਛਾ ਅਕਸਰ ਇਹ ਹੁੰਦਾ ਕਿ ਮਾਦੀ ਅਗਰ ਫੜ ਲਈ ਹੈ ਨਾ ਤਾਂ ਨਰ ਲਾਜ਼ਮੀ ਹੁੰਦਾ ਤਾਂ ਕਿਉਂ ਜੀ ਤਾਂ ਜੇ ਨਰ ਫੜ ਲਈਏ ਤਾਂ ਮਾਦੀ ਘੱਟ ਹੁੰਦੀ ਹਨਾ ਕੀ ਖਿਆਲ ਆ ਬਿਲਕੁਲ ਜੋਗੀ ਪਕੜ ਲਈ ਹੈ ਸ਼ਾਮ ਹਾਂਜੀ ਅੱਲਾ ਦੇ ਪਹੁੰਚ ਹਜ਼ਾਰ ਨਾਜ਼ਰੀਨ ਸਾਂਪ ਹਮਨੇ ਪਕੜ ਲਿਆ ਹੈ ਇਸ ਕਮਰੇ ਸੇ ਮਿਲਾ ਹੈ ਇਧਰ ਟੂਵਲ ਲਗਾ ਹੁਆ ਹੈ ਇਸ ਕਮਰੇ ਮੇਂ ਟੂਵਲ ਕੀ ਮੋਟਰੇ ਵਗੈਰਾ ਲਗੀ ਹੈ ਪੀਛੇ ਵੋ ਟ੍ਰਾਂਸਫਾਰਮਰ ਪੜਾ ਹੈ ਜਿਸ ਬੰਦੇ ਨੇ ਦੇਖਾ ਥਾ ਵੋ ਤੋ ਬੇਚਾਰਾ ਡਰ ਗਿਆ ਉਹ ਬਟਨ ਪ੍ਰੈਸ ਕਰਨੇ ਗਿਆ ਥਾ ਵੋ ਤੋ ਬੇਚਾਰਾ ਬਹੁਤ ਘਬਰਾ ਗਿਆ ਜੋਗੀ ਹਨਾ ਹਾਂ ਔਰ ਪਾਰਟੀ ਗਿਆ ਤੋ ਬਹਰਲ ਯੇ ਇਸ ਤਰ੍ਹਾਂ ਕੇ ਵਿਰਾਨ ਕਮਰੋਂ ਮੇਂ ਅਕਸਰ ਸਨੇਕ ਹੋਤੇ ਹੈ ਪੀਛੇ ਇਸ ਕੇ ਜ਼ਮੀਨ ਹੈ ਇਸ ਸਾਈਡ ਪਰ ਵੀ ਪੀਛੇ ਇਧਰ ਜ਼ਮੀਨ ਖਾਲੀ ਹੈ ਤੋ ਹਮ ਨਾਜ਼ਰੀਨ ਕੋ ਬਤਾਨਾ ਇਹ ਚਾਹਤੇ ਹੈ ਕਿ ਇਸ ਤਰ੍ਹਾਂ ਕੇ ਜੋ ਕਮਰੇ ਹੋਤੇ ਹੈ ਯਹਾਂ ਪੇ ਫਸਲੋਂ ਮੇਂ ਜ਼ਮੀਨੋਂ ਮੇਂ ਜਬ ਕੋ ਬੰਦਾ ਉਸ ਮੇਂ ਇਨ ਹੋ ਇੱਕ ਦਫਾ ਪਹਿਲੇ ਇਸ ਤਰ੍ਹਾਂ ਆਗੇ ਜਾ ਕੇ ਰਾਈਟ ਲੈਫਟ ਦੇਖੇ ਕੋ ਚੀਜ਼ ਕੋਨੇ ਮੇਂ ਪੜੀ ਹੈ ਉਸ ਕੋ ਗੌਰ ਕਰਕੇ ਫਿਰ ਅੰਦਰ ਦਾਖਲ ਹੋ ਕਿਉਂਕਿ ਇਸ ਤਰ੍ਹਾਂ ਕੇ ਕਮਰੇ ਹੋਤੇ ਹੈ ਯਹਾਂ ਪੇ ਲੋਕ ਕਭੀ ਕਭਾਰ ਆਤੇ ਹਾਂ ਜ਼ਿਆਦਾਤਰ ਇਨ ਕੋ ਤਾਲਾ ਹੀ ਲਗਾ ਰਹਿਤਾ ਹੈ ਹਾਂ ਬਿਲਕੁਲ ਆਜ ਕਲ ਸਨੇਕ ਕਾ ਮੌਸਮ ਹੈ ਗਰਮੀ ਕਾ ਮੌਸਮ ਹੈ ਸਾਂਪ ਹਰ ਜਗ੍ਹਾ ਘੁਸਨੇ ਦੀ ਕੋਸ਼ਿਸ਼ ਕਰਦੇ ਬਿਲਕੁਲ ਕੱਲ ਹਮ ਇੱਕ ਭਾਈ ਨੇ ਉਹ ਜਿਹਨ ਕੋ ਹਮਨੇ ਯੂਕੇ ਦਵਾਈ ਨਹੀਂ ਭੇਜੀ ਉਹ ਚਾਚਾ ਜੀ ਕੋ ਉਹਨੇ ਇੱਕ ਵੀਡੀਓ ਭੇਜੀ ਉੱਧਰ ਸਲਾਬ 'ਚ ਦੁਕਾਨ ਏਰੀਆ ਹੈ ਸਲਾਬ ਜੇ ਤੂੰ ਕਹਿ ਰਿਹਾ ਸੀ ਨਾ ਕਿ ਸੱਪ ਬਾਹਰ ਨਿਕਲੇ ਫਿਰਦੇ ਉਸ ਤੋਂ ਬਾਕੀ ਐਵੇਂ ਫੈਲ ਰਿਹਾ ਅਤੇ ਉਹ ਕਹਿ ਰਹੇ ਸੀ ਯਾਰ ਤੁਹਾਨੂੰ ਉੱਥੇ ਜਾਣਾ ਚਾਹੀਦਾ ਵਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਹ ਪਲਾਨ ਕਰਦੇ ਨਿਕਲੀਏ ਫਿਰ ਕੀ ਖਿਆਲ ਆਪਾਂ ਚਲੇ ਚੱਲਾਂਗੇ ਉਹ ਰਾਸ਼ਨ ਡਿਪੂ ਵੀ ਲੈ ਆਉਂਦੇ ਨਾਲ ਥੋੜ੍ਹਾ ਯਾਰ ਜਦੋਂ ਤੂੰ ਕਹੇਗਾ ਆਪਾਂ ਚਲੇ ਜਾਂਗੇ ਦੋ ਬੰਦੇ ਨਾਲ ਲੈ ਜਾਂਗੇ ਦੋ ਰਾਸ਼ਨ ਡਿਪੂ ਲੈ ਕੇ ਜਾਂਦੇ ਉਸ ਵਜ੍ਹਾ ਇਹ ਹੈ ਕਿ ਹਰ ਜਗ੍ਹਾ 'ਤੇ ਪਾਣੀ ਪਾਣੀ ਜਿਹੜੀ ਥੋੜ੍ਹੀ ਬਹੁਤ ਖੁਸ਼ਕੀ ਹੈ ਨਾ ਸੱਪ ਖੁਸ਼ਕੀਆਂ ਲਾ ਰਹੇ ਆ ਯਾਰ ਜਿੱਥੇ ਵੀ ਉਹ ਸੱਪ ਆਪਾਂ ਫੜ ਲੈ ਵੀ ਖੁਸ਼ਕੀ ਦੇ ਬੰਦੇ ਆ ਉੱਥੇ ਜਾਨਵਰ ਉੱਥੇ ਸੱਪ ਆਈ ਜਾਂਦੇ ਬੰਦੇ ਦੋ ਤਿੰਨ ਮਰ ਵੀ ਗਏ ਉਹ ਤਾਂ ਫਿਰ ਮਰਨੇ ਤਾਂ ਫਿਰ ਬਹਰਹਾਲ ਕੋਸ਼ਿਸ਼ ਕਰਦੇ ਆ ਉਹ ਪਲਾਨ ਕਰਦੇ ਆ ਕੁਝ ਸਮਾਨ ਲੈ ਚੱਲਾਂਗੇ ਨਾਲ ਉਹਨਾਂ ਦਾ ਉਹਨਾਂ ਦੀ ਮਦਦ ਹੋ ਜਾਏਗੀ ਮਦਦ ਹੋ ਜਾਏਗੀ ਚਲੋ ਜਿੱਦੇ ਵੀ ਗਰੀਬ ਆ ਕੋਈ ਅਸੀਂ ਵੀ 2000 ਰੁਪਏ ਚ ਪਾ ਦੇਵਾਂਗੇ ਬਿਲਕੁਲ ਬਿਲਕੁਲ ਤੋਂ ਬਹਰਹਾਲ ਮੈਂ ਫਿਰ ਨਾਜ਼ਰੀਨ ਕੋ ਇਹ ਕਹਤਾ ਹੂੰ ਕਿ ਕਿਸੇ ਕੋ ਵੀ ਕੋ ਸਾਂਪ ਨਜ਼ਰ ਆਏ ਆਪਣੇ ਏਰੀਏ ਮੇਂ ਆਪਣੀ ਜ਼ਮੀਨੋਂ ਮੇਂ ਘਰੋਂ ਮੇਂ ਬਾਗੀਚੇ ਮੇਂ ਫਾਰਮ ਹਾਊਸ ਪੇ ਤੋ ਉਸਕੋ ਖੁਦ ਪਕੜਨੇ ਕੀ ਕੋਸ਼ਿਸ਼ ਕਭੀ ਨਾ ਕਰੇ ਬਿਲਕੁਲ ਅਗਰ ਆਪ ਟ੍ਰੇਨ ਐਕਸਪਰਟ ਨਹੀਂ ਹੈ ਤੋ ਉਸਕੋ ਮਾਰਾ ਵੀ ਨਾ ਜਾਏ ਠੀਕ ਹੈ ਹਮੇਂ ਫੌਰਨ ਕਾਲ ਕੀ ਜਾਏ ਅਗਰ ਆਪਕੋ ਖਤਰਾ ਨਜ਼ਰ ਆਏ ਤੋ ਉਸਕੋ ਮਾਰ ਦੀਏ ਜਾਏ ਅਦਰਵਾਈਜ਼ ਹਮੇਂ ਕਾਲ ਕੀ ਜਾਏ ਹਮ ਪਹੁੰਚੇਂਗੇ ਤੋ ਸਨੇਕ ਕੋ ਪਕੜੇਂਗੇ ਔਰ ਆਪਣੇ ਸਾਥ ਲੈ ਜਾਏਗੇ ਰੈਸਕਿਊ ਕਰੇਂਗੇ ਲਾ ਕੇ ਕਲੀਅਰ ਕਰੇਂਗੇ ਦੂਸਰੀ ਬਾਤ ਇਹ ਹੈ ਕਿ ਇੱਕ ਮੈਸੇਜ ਇਹ ਹੈ ਆਵਾਮ ਕੇ ਲੀਏ
अगर किसी को सांप डस जाए, हर वीडियो में हम यही बताते हैं, अगर किसी को सांप डस जाए तो उसका तरीकाकार ये है कि अच्छी तरह पीछे से वो जगह बांध दी जाए जोर से, और जितनी जल्दी हो सके करीबी हॉस्पिटल में पहुंचा जाए, वहां पे जाके एंटीवेनम का इंजेक्शन लगाया जाए, जिस सांप ने डसा हो सांप को देखा जाए उसकी पिक्चर बना ली जाए या उसका नाम बता दिया जाए, एंटीवेनम का इंजेक्शन लगेगा, इंशाल्लाह बंदा जो है ना वो बचेगा, ठीक हो जाएगा। और अगर आप 30 मिनट के अंदर अंदर पहुँचते हैं तो ठीक है जोगी। इसका जोड़ा देखना है या कोई चांस नहीं, वैसे नज़र देख लो अगर मिलता है, नहीं तो हम चलते हैं। ओके।